ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਸਤਿਗੁਰ ਮਿਲਿਆ ਭੁੱਖ ਗਈ, ਭੇਖੀ ਭੁੱਖ ਨਾ ਜਾਏ। ਦੁੱਖ ਲੱਗੈ ਘਰ ਘਰ ਫਿਰੈ, ਅੱਗੇ ਦੂਣੀ ਮਿਲੈ ਸਜਾਏ। ਅੰਦਰ ਸਹਿਜ ਨਾ ਆਇਓ, ਸਹਿਜੇ ਹੀ ਲੈ ਖਾਏ। ਮਨ ਹੱਠ ਜਿਸ ਤੇ ਮੰਗਣਾ, ਲੈਣਾ ਦੁੱਖ ਮਨਾਏ। ਇਸ ਭੇਖੈ ਥਾਵੋਂ ਗਿਰਹੋ ਭਲਾ, ਜਿੱਥੋ ਕੋ ਵਰਸਾਏ। ਸ਼ਬਦ ਰਤੇ ਤਿਨਾ ਸੋਝੀ ਪਈ, ਦੂਜੈ ਭਰਮ ਭੁਲਾਏ। ਪਇਐ ਕਿਰਤ ਕਮਾਵਣਾ, ਕਹਿਣਾ ਕਛੂ ਨਾ ਜਾਏ। ਨਾਨਕ ਜੋਤਿਸ ਭਾਵੈ ਸੇ ਪਲੇ, ਜਿਨ ਕੀ ਪਤ ਪਾਵੈ ਥਾਏ। ਮਹੱਲਾ ਤੀਜਾ। ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁੱਖ ਜਾਏ। ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਅੰਤਰ ਤੀਰਥ ਗਿਆਨ ਹੈ, ਸਤਿਗੁਰ ਦੀਆ ਬੁਝਾਏ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤ ਸਰ ਤੀਰਥ ਨਾਏ। ਸੱਜਣ ਮਿਲੇ ਸੱਜਣਾ, ਸੱਚੈ ਸ਼ਬਦ ਸੁਭਾਏ। ਘਰ ਹੀ ਪਰਚਾ ਪਾਇਆ, ਜੋਤੀ ਜੋਤ ਮਿਲਾਏ। ਪਖੰਡ ਜਮਕਾਲ ਨਾ ਛੋਡਈ, ਲੈ ਜਾਸੀ ਪਤ ਗਵਾਏ। ਨਾਨਕ ਨਾਮ ਰਤੇ ਸੇ ਉਭਰੇ, ਸੱਚੇ ਸਿਉਂ ਲਿਵਲਾਏ। ਪੌੜੀ ਤਿਤ ਜਾਏ ਬਹੁ ਸਤ ਸੰਗਤੀ, ਜਿੱਥੈ ਹਰ ਕਾ ਹਰ ਨਾਮ ਬਿਲੋਈਐ।
ਸਹਿਜੇ ਹੀ ਹਰ ਨਾਮ ਲਿਹੋ, ਹਰ ਤਤ ਨਾ ਖੋਈਐ। ਨਿਤ ਜਪਿਓ ਹਰ ਹਰ ਦਿਨਸ ਰਾਤ, ਹਰ ਦਰਗਹਿ ਢੋਈਐ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਤਿਸ ਗੁਰ ਕੋ ਸਭ ਨਮਸਕਾਰ ਕਰੋ, ਜਿਨ ਹਰ ਕੀ ਹਰ ਗਾਲ ਗਲੋਈਐ। ਤਿੱਥੇ ਜਾਏ ਬਹੁ ਸਤਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈਐ। ਸਹਿਜੇ ਹੀ ਹਰ ਨਾਮ ਲਿਹੋ, ਹਰ ਤਤ ਨਾ ਖੋਈਐ। ਨਿਤ ਜਪਿਓ ਹਰ ਹਰ ਦਿਨਸ ਰਾਤ, ਹਰ ਦਰਗਹਿ ਢੋਈਐ। ਸੋ ਪਾਏ ਪੂਰਾ ਸਤਿਗੁਰੂ, ਜਿਸ ਧੁਰ ਮਸਤਕ ਲਿਲਾਟ ਲਿਖੋਈਐ। ਤਿਸ ਗੁਰ ਕੋ ਸਭ ਨਮਸਕਾਰ ਕਰਹੋ, ਜਿਨ ਹਰ ਕੀ ਹਰ ਗਾਲ ਗਲੋਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਸਲੋਕ ਵਿੱਚ ਉਚਾਰਨ ਕੀਤੇ ਹੋਏ ਹਨ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਗੁਰੂ ਨੂੰ ਮਿਲਿਆ ਹੀ ਮਨੁੱਖ ਦੇ ਮਨ ਦੀ ਭੁੱਖ ਦੂਰ ਹੋ ਸਕਦੀ ਹੈ। ਭੇਖਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ। ਭੇਖੀ ਸਾਧੂ ਤ੍ਰਿਸ਼ਨਾ ਦੇ ਦੁੱਖ ਵਿੱਚ ਕਲਪਦਾ ਹੈ, ਘਰ ਘਰ ਭਟਕਦਾ ਫਿਰਦਾ ਹੈ, ਅਤੇ ਪਰਲੋਕ ਵਿੱਚ ਇਸ ਨਾਲੋਂ ਵੀ ਵਧੇਕ ਸਜ਼ਾ ਭੁਗਤਦਾ। ਭੇਖੀ ਸਾਧੂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਜਿਸ ਸ਼ਾਂਤੀ ਦੀ ਬਰਕਤ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ ਲੈ ਕੇ ਖਾ ਲਏ, ਭਾਵ ਤ੍ਰਿਪਤ ਹੋ ਜਾਏ, ਪਰ ਮਨ ਦੇ ਹਠਦੇ ਆਸਰੇ ਭਿੱਖਿਆ ਮੰਗਿਆਂ ਦੇਹੀ ਦੋਹੀਂ ਧਿਰੀ ਕਲੇਸ਼ ਪੈਦਾ ਕਰਕੇ ਹੀ ਭਿੱਖਿਆ ਲਈ ਦੀ ਹੈ। ਇਸ ਭੇਖ ਨਾਲੋਂ ਗ੍ਰਹਿਸਥ ਚੰਗਾ ਹੈ, ਕਿਉਂਕਿ ਇੱਥੋਂ ਮਨੁੱਖ ਆਪਣੀ ਆਸ ਪੂਰੀ ਕਰ ਸਕਦਾ ਹੈ। ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਰੱਤੇ ਜਾਂਦੇ ਹਨ, ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ। ਪਰ ਜੋ ਮਨੁੱਖ ਮਾਇਆ ਵਿੱਚ ਫਸੇ ਰਹਿੰਦੇ ਹਨ, ਉਹ ਭਟਕਦੇ ਹਨ। ਇਸ ਬਾਰੇ ਕਿ ਕੋਈ ਚੰਗਾ ਰਾਹ ਪਿਆ ਹੈ ਅਤੇ ਕੋਈ ਮੰਦੇ ਪਾਸੇ, ਕੁਝ ਆਖਿਆ ਨਹੀਂ ਜਾ ਸਕਦਾ। ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਾਰ ਕਮਾਉਣੀ ਪੈਂਦੀ ਹੈ। ਹੇ ਨਾਨਕ, ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ, ਕਿਉਂਕਿ ਹੇ ਪ੍ਰਭੂ, ਤੂੰ ਉਹਨਾਂ ਦੀ ਇੱਜ਼ਤ ਥਾਂ ਪਾਉਂਦਾ ਹੈ, ਭਾਵ ਲਾਜ ਰੱਖਦਾ ਹੈ। ਮਹੱਲਾ ਤੀਜਾ।
ਸਤਿਗੁਰ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁੱਖ ਮਿਲਦਾ ਹੈ, ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ। ਉੱਕਾ ਹੀ ਚਿੰਤਾ ਨਹੀਂ ਰਹਿੰਦੀ, ਕਿਉਂਕਿ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿੱਚ ਆ ਵੱਸਦਾ ਹੈ। ਮਨੁੱਖ ਦੇ ਅੰਦਰ ਹੀ ਗਿਆਨ ਰੂਪ ਤੀਰਥ ਹੈ। ਜਿਸ ਮਨੁੱਖ ਨੂੰ ਸਤਿਗੁਰੂ ਨੇ ਇਸ ਤੀਰਥ ਦੀ ਸਮਝ ਬਖਸ਼ੀ ਹੈ, ਉਹ ਮਨੁੱਖ ਨਾਮ ਅੰਮ੍ਰਿਤ ਦੇ ਸਰੋਵਰ ਵਿੱਚ ਅੰਮ੍ਰਿਤ ਦੇ ਤੀਰਥ 'ਤੇ ਨਹਾਉਂਦਾ ਹੈ ਅਤੇ ਉਸਦਾ ਮਨ ਪਵਿੱਤਰ ਹੋ ਜਾਂਦਾ ਹੈ। ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ। ਸਤਿਗੁਰੂ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਸੁੱਤੇ ਹੀ ਸਤਸੰਗੀਆਂ ਨੂੰ ਮਿਲਦੇ ਹਨ। ਸਤਸੰਗ ਦੇ ਰਾਹੀਂ ਪ੍ਰਭੂ ਵਿੱਚ ਬਿਰਤੀ ਜੋੜ ਕੇ ਹਿਰਦੇ ਰੂਪ ਘਰ ਵਿੱਚ ਉਹਨਾਂ ਨੂੰ ਪ੍ਰਭੂ ਸਿਮਰਨ ਰੂਪ ਆਹਰ ਮਿਲ ਜਾਂਦਾ ਹੈ। ਪਰ ਪਖੰਡ ਕੀਤਿਆਂ ਮੌਤ ਦਾ ਸਹਿਮ ਨਹੀਂ ਛੱਡਦਾ। ਪਖੰਡ ਦੀ ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ। ਹੇ ਨਾਨਕ, ਜੋ ਮਨੁੱਖ ਨਾਮ ਵਿੱਚ ਰੰਗੇ ਹੋਏ ਹਨ, ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਸ਼ਰਮ ਤੋਂ ਬਚ ਜਾਂਦੇ ਹਨ। ਹੇ ਭਾਈ, ਉਸ ਸਤਸੰਗ ਵਿੱਚ ਜਾ ਕੇ ਬੈਠੋ ਜਿੱਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ। ਉੱਥੇ ਜਾ ਕੇ ਮਨ ਟਿਕਾ ਕੇ ਹਰੀ ਦਾ ਨਾਮ ਜਪੋ ਤਾਂ ਜੋ ਨਾਮ ਤੱਤ ਖੁਸ ਨਾ ਜਾਏ। ਸਤਸੰਗ ਵਿੱਚ ਸਦਾ ਦਿਨ ਰਾਤ ਹਰੀ ਦਾ ਨਾਮ ਜਪੋ। ਇਹ ਨਾਮ ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਅਪੜੀਦਾ ਹੈ। ਪਰ ਸਤਸੰਗ ਵਿੱਚ ਵੀ ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ ਜਿਸਦੇ ਮੱਥੇ ਉੱਤੇ ਧੁਰੋਂ ਭਲੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਲਿਖਿਆ ਹੋਇਆ ਹੈ। ਹੇ ਭਾਈ, ਸਾਰੇ ਉਸ ਗੁਰੂ ਨੂੰ ਸਿਰ ਨਿਭਾਓ ਜੋ ਸਦਾ ਪ੍ਰਭੂ ਦੀ ਸਿਫਤ ਸਲਾਹ ਦੀਆਂ ਗੱਲਾਂ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਡ ਬਾਈ ਅਵਰ ਥਰਡ ਗੁਰੂ, ਗੁਰੂ ਅਮਰਦਾਸ ਜੀ, ਅੰਡਰ ਹੈਡਿੰਗ ਸਲੋਕ ਥਰਡ ਮਹਿਲ। ਗੁਰੂ ਸਾਹਿਬ ਜੀ ਸੇ ਦੈਟ ਮੀਟਿੰਗ ਦਾ ਟਰੂ ਗੁਰੂ, ਹੰਗਰ ਡਿਪਾਰਟਸ, ਹੰਗਰ ਡਜ਼ ਨਾਟ ਡਿਪਾਰਟ ਬਾਏ ਵੇਅਰਿੰਗ ਦਾ ਰੋਬਸ ਆਫ ਆ ਬੈਗਰ। Afflicted with pain, he wanders from house to house, and in the world hereafter he receives double punishment. Initiate peace does not come to his inner being. He is not content to eat what comes his way. With his stubborn mind, he begs and grabs and annoys those who give. Instead of wearing these beggars' robes, it is better to be a householder
and give to others. Those who are attuned to the word of the Shabad acquire understanding. The others wander deluded by doubt. They act according to their past actions. It is useless to talk to them, O Nanak. Those who are pleasing to God are good. He upholds their honor. Third Mahal. Serving the true Guru, one finds a lasting peace. The pains of birth and death are removed. He is not troubled by anxiety. The carefree Lord comes to dwell in the mind. Deep within is the sacred shrine of spiritual wisdom revealed by the true Guru. Filth is removed and the mind becomes pure, bathing in the sacred shrine. The pool of ambrosial nectar, the parent meets with the true friend, the Lord, through the love of the Shabad. Within the home of his heart, he finds the divine self, and his light blends with the light. The messenger of death does not leave the hypocrite. He is led away in dishonor. O Nanak, those who are attuned to the Naam are saved. They are in love with the true Lord body. Go and sit in the Satsangat, the true congregation, where the name of the Lord is churned. In peace and poise, contemplate the Lord's name. Don't lose the essence of the Lord. Chant the name of the Lord Har constantly, day and night, and you shall be accepted in the court of the Lord. He alone finds the perfect true Guru, on whose forehead such preordained destiny is written. Let everyone bow in worship to the Guru who speaks the sermon of the Lord. Vaheguru Ji Ka Khalsa, Vaheguru Ji Ki Fateh.